ਵਰਮਾ ਸਾਹਿਬ ਸਵਾਗਤ ਕਰਦੇ ਹਾਂ ਤੁਹਾਡਾ ਜਿੰਦਲ ਜੀ ਥੈਂਕ ਯੂ ਵੈਰੀ ਮੱਚ ਔਰ ਪ੍ਰਵਾਸੀ ਰੇਡੀਓ ਔਰ ਟੀਵੀ ਦੇ ਸਰੋਤਿਆਂ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਜਿਹੜਾ ਕੋਵਿਡ ਹੈ ਇਹ ਵਾਰ ਵਾਰ ਹੋ ਰਿਹਾ ਹੈ ਅਸੀਂ ਜਦੋਂ ਦਾ ਕੋਵਿਡ ਦੀ ਇਹ ਡਿਜ਼ੀਜ਼ ਸ਼ੁਰੂ ਹੋਈ ਹੈ ਅਸੀਂ ਡੇ 1 ਤੋਂ ਲੈ ਕੇ ਹੁਣ ਤੱਕ ਇੱਕੋ ਹੀ ਸਟੈਂਡ ਲਿੱਤਾ ਹੈ ਕਿ ਜੇ ਤੁਹਾਡੀ ਇਮਿਊਨਿਟੀ ਸਟਰੋਂਗ ਹੈ ਤਾਂ ਤੁਹਾਨੂੰ ਕੋਵਿਡ ਦਾ ਅਸਰ ਜਿਹੜਾ ਕੋਵਿਡ ਤੁਹਾਨੂੰ ਘੱਟ ਨੁਕਸਾਨ ਕਰੇਗਾ ਜੀ ਔਰ ਇਹ ਅੱਜ ਵੀ ਸੱਚ ਹੈ ਕਿਉਂਕਿ ਦੁਨੀਆ 'ਚ ਅਰਬਾਂ ਰੁਪਏ ਦੇ ਅਰਬਾਂ ਡਾਲਰ ਦੇ ਵੈਕਸੀਨ ਵੀ ਲੱਗ ਚੁੱਕੇ ਨੇ ਔਰ ਪਤਾ ਨੀ ਕਿੰਨੇ ਕਰੋੜ ਵੈਕਸੀਨ ਇੰਡੀਆ ਨੇ ਐਕਸਪੋਰਟ ਵੀ ਕੀਤਾ ਲੇਕਿਨ ਕੋਵਿਡ ਜੇ ਬਾਰ ਬਾਰ ਆ ਰਿਹਾ ਉਹਦਾ ਮਤਲਬ ਇਹੀ ਹੈ ਕਿ ਵੈਕਸੀਨ ਜਿਹੜਾ ਅਲਟੀਮੇਟ ਇਲਾਜ ਨਹੀਂ ਹੈ ਅਲਟੀਮੇਟ ਇਲਾਜ ਤਾਂ ਜਿਹੜਾ ਤੁਹਾਡਾ ਆਪਣਾ ਇਮਿਊਨ ਸਿਸਟਮ ਹੈ ਉਹੀ ਅਲਟੀਮੇਟ ਇਲਾਜ ਹੈ ਉਹਨੂੰ ਹੀ ਤੁਹਾਨੂੰ ਸਟਰੋਂਗ ਰੱਖਣਾ ਪਊਗਾ ਔਰ ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਲਈ ਤੁਹਾਨੂੰ ਉਹ ਸਾਰੇ ਕੰਮ ਕਰਨੇ ਪੈਣਗੇ ਜਿਹੜੇ ਇੱਕ ਚੰਗੀ ਸਿਹਤ ਨੂੰ ਮੇਨਟੇਨ ਲਈ ਕਰਨੇ ਪੈਂਦੇ ਨੇ ਚਾਹੇ ਉਹ ਤੁਹਾਡੀ ਖੁਰਾਕ ਹੈ ਚਾਹੇ ਉਹ ਤੁਹਾਡੀਆਂ ਦਵਾਈਆਂ ਚਾਹੇ ਤੁਹਾਡੀ ਐਕਸਰਸਾਈਜ਼ ਹੈ ਚਾਹੇ ਤੁਹਾਡੀ ਕਸਰਤ ਹੈ ਜੋ ਵੀ ਤੁਸੀਂ ਇੱਕ ਚੰਗੀ ਸਿਹਤ ਨੂੰ ਮੇਨਟੇਨ ਕਰਨ ਲਈ ਕਰਦੇ ਹੋ ਉਹ ਸਾਰਾ ਕੁਝ ਕਰਨਾ ਪਏਗਾ ਕਿਉਂਕਿ ਜਿਹੜਾ ਮਾਸਕ ਹੈ ਇਹ ਵੀ ਇੱਕ ਬਹੁਤ ਟੈਂਪਰਰੀ ਜਿਹਾ ਅਰੇਂਜਮੈਂਟ ਹੁੰਦਾ ਆਪਾਂ ਦੇਖੀਏ ਬਟ ਡੈਫੀਨੇਟਲੀ ਮਾਸਕ ਨਾਲ ਔਰ ਜਿਹੜੇ ਅਸੀਂ ਹੈਂਡ ਵਾਸ਼ ਕਰਦੇ ਸੀ ਸੈਨੀਟਾਈਜ਼ ਕਰਦੇ ਸੀ ਮਾਸਕ ਪਹਿਨਦੇ ਸੀ ਔਰ ਸੋਸ਼ਲ ਆਪਣੀ ਜਿਹੜੀ 6 ਮੀਟਰ ਦਾ ਫਾਸਲਾ ਰੱਖਦੇ ਸੀ ਇਹਦੇ ਨਾਲ ਡੈਫੀਨੇਟਲੀ ਕੋਵਿਡ ਦਾ ਇੱਕ ਪ੍ਰਕੋਪ ਘੱਟ ਗਿਆ ਸੀਗਾ ਬਟ ਲੇਕਿਨ ਉਹ ਅਲਟੀਮੇਟ ਉਹ ਵੀ ਨਹੀਂ ਹੈ ਅਲਟੀਮੇਟ ਹੈ ਤੁਹਾਡਾ ਆਪਣਾ ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਲਈ ਤੁਹਾਨੂੰ ਰੈਗੂਲਰ ਕੁਛ ਨਾ ਕੁਛ ਕੁਛ ਹਰਬ ਦਾ ਵੀ ਇਸਤੇਮਾਲ ਕਰਦੇ ਰਹਿਣਾ ਪੈਣਾ ਔਰ ਮੈਂ ਇੱਥੇ ਦੱਸ ਦਵਾਂ ਵੀ ਜਿਹੜੀ ਇੱਕ ਹਰਬ ਹੁੰਦੀ ਹੈ ਅਸ਼ਵਗੰਧਾ ਜੀ ਅਸ਼ਵਗੰਧਾ ਉੱਪਰ ਇੰਗਲੈਂਡ ਦੇ ਵਿੱਚ ਇਹਨਾਂ ਨੇ ਹੁਣ ਉੱਥੇ ਦੀ ਜਿਹੜਾ ਗਵਰਨਮੈਂਟ ਦੀ ਇੱਕ ਆਰਗਨਾਈਜੇਸ਼ਨ ਹੈ NIH ਉਹਨਾਂ ਨੇ ਵੀ ਅਸ਼ਵਗੰਧਾ ਦੇ ਉੱਪਰ ਕਲੀਨਿਕਲ ਟ੍ਰਾਇਲ ਸ਼ੁਰੂ ਕੀਤੇ ਨੇ ਔਰ ਇਹ ਦੇਖਿਆ ਕਿ ਅਸ਼ਵਗੰਧਾ ਕੋਵਿਡ ਨੂੰ ਵੀ ਫਾਇਦਾ ਕਰਦਾ ਤੇ ਲੌਂਗ ਕੋਵਿਡ ਦਾ ਮਤਲਬ ਹੁੰਦਾ ਜਿਹੜੇ ਕੋਵਿਡ ਤੋਂ ਬਾਅਦ ਕੰਪਲੀਕੇਸ਼ਨ ਹੁੰਦੀਆਂ ਨੇ ਕਮਜ਼ੋਰੀ ਆਉਂਦੀ ਹੈ ਥਕਾਵਟ ਹੁੰਦੀ ਹੈ ਈਵਨ ਵਜ਼ਨ ਘੱਟ ਜਾਂਦਾ ਪੇਸ਼ੈਂਟ ਦਾ ਉਹ ਸਾਰੀਆਂ ਚੀਜ਼ਾਂ ਨੂੰ ਵੀ ਕੋਵਿਡ ਅਸ਼ਵਗੰਧਾ ਜਿਹੜੀ ਹੈਗੀ ਹੈ ਹਰਬ ਇਹ ਫਾਇਦਾ ਕਰਦੀ ਹੈ ਅਸ਼ਵਗੰਧਾ ਇਹ ਰੂਟਸ ਮਿਲ ਜਾਂਦੀਆਂ ਨੇ ਆਪਣੇ ਜਿਹੜੀਆਂ ਗਰੋਸਰੀ ਸਟੋਰ ਹੁੰਦੇ ਨੇ ਇਹਨਾਂ ਤੇ ਵੀ ਪਈਆਂ ਹੁੰਦੀਆਂ ਅਸ਼ਵਗੰਧਾ ਇਹਦਾ ਪਾਊਡਰ ਵੀ ਮਿਲਦਾ ਔਰ ਅੱਜ ਕੱਲ ਕੈਨੇਡਾ ਦੇ ਵਿੱਚ ਇਹਦੇ ਕੈਪਸੂਲ ਵੀ ਮਿਲਦੇ ਨੇ ਈਵਨ ਕੋਸਟਕੋ ਜੈਸੇ ਸਟੋਰ ਜਿਹੜੇ ਨੇ ਉਹ ਵੀ ਇਹਦੇ ਕੈਪਸੂਲ ਸੈਲ ਕਰਦੇ ਨੇ ਸੋ ਇਹ ਜਿਹੜੀ ਅਸ਼ਵਗੰਧਾ ਇਮਿਊਨਿਟੀ ਵਧਾਉਣ ਲਈ ਬੜਾ ਕਮਾਲ ਦਾ ਕੰਮ ਕਰਦੀ ਹੈ ਔਰ ਇਹਦੇ ਚ ਹਲਦੀ ਵਾਲਾ ਦੁੱਧ ਉਹ ਬੜਾ ਪਾਪੂਲਰ ਹੋਇਆ ਸੀ ਪਿੱਛੇ ਜਿਹਨੂੰ ਗੋਲਡਨ ਮਿਲਕ ਕਹਿੰਦੇ ਆ ਉਹ ਵੀ ਇਹਦੇ ਚ ਫਾਇਦਾ ਕਰਦਾ ਸੋ ਇਹ ਦੋ ਚੀਜ਼ਾਂ ਜੇ ਤੁਸੀਂ ਰੈਗੂਲਰ ਆਪਣੀ ਡਾਇਟ ਦੇ ਵਿੱਚ ਇਸਤੇਮਾਲ ਕਰਦੇ ਰਹਿੰਦੇ ਹੋ ਤਾਂ ਮੇਰਾ ਖਿਆਲ ਹੈ ਕਿ ਕੋਵਿਡ ਤੋਂ ਕਾਫੀ ਸੁਰੱਖਿਆ ਮਿਲ ਸਕਦੀ ਹੈ ਜੀ ਚਲੋ ਤੁਹਾਡੀਆਂ ਹੋਮ ਰੈਮਡੀਜ਼ ਵੀ ਬੜੀਆਂ ਕਹਿੰਦੇ ਨੇ ਜੀ ਪਸੰਦ ਕੀਤੀਆਂ ਜਾਂਦੀਆਂ ਤੇ ਹਰ ਵਾਰੀ ਤੁਸੀਂ ਆਉਂਦੇ ਹੋ ਕੋਈ ਨਾ ਕੋਈ ਟਿਪ ਵੀ ਦੇ ਕੇ ਜਾਂਦੇ ਹੋ ਕੋਈ ਹੋਮ ਰੈਮਡੀ ਬਾਰੇ ਦੱਸ ਕੇ ਜਾਂਦੇ ਹੋ ਤਾਂ ਪਲੀਜ਼ ਉਹ ਵੀ ਦਿਓ ਥੋੜੀ ਜਾਣਕਾਰੀ ਜੀ ਜੀ ਹੋਮ ਰੈਮਡੀਜ਼ ਐਕਚੁਅਲੀ ਜਿਹੜੀਆਂ ਮੈਂ ਇੱਥੇ ਜਿੰਦਰ ਜੀ ਦੱਸਣਾ ਚਾਹੁੰਦਾ ਵੀ ਜਿਹੜੀ ਜਦੋਂ ਕੋਈ ਦਵਾਈ ਪਾਪੂਲਰ ਹੋ ਜਾਂਦੀ ਹੈ ਉਹ ਫਿਰ ਅਕਸਰ ਲੋਕ ਉਹਨੂੰ ਘਰਾਂ ਤੱਕ ਘਰਾਂ ਵਿੱਚ ਉਹਨੂੰ ਜਗ੍ਹਾ ਮਿਲ ਜਾਂਦੀ ਹੈ ਲੋਕ ਉਹਨੂੰ ਬਹੁਤ ਜ਼ਿਆਦਾ ਇਸਤੇਮਾਲ ਕਰਨ ਲੱਗ ਜਾਂਦੇ ਨੇ ਠੀਕ ਹੈ ਜੀ ਹੁਣ ਤੁਸੀਂ ਦੇਖੋ ਵੀ ਟੈਲਨੋਲ ਹੈ ਇਹ ਵੀ ਇੰਨੀ ਪਾਪੂਲਰ ਹੈ ਕਿ ਲੋਕਾਂ ਦੇ ਪਰਸ ਦੇ ਵਿੱਚ ਵੀ ਰੱਖੀ ਹੁੰਦੀ ਹੈ ਇਸ ਤਰ੍ਹਾਂ ਹੀ ਬਹੁਤ ਸਾਰੀਆਂ ਹੋਮ ਰੈਮਡੀਜ਼ ਨੇ ਇਹਨਾਂ 'ਚੋਂ ਇੱਕ ਰੈਮਡੀ ਮੈਂ ਤੁਹਾਡੇ ਜ਼ਿਕਰ ਕੀਤਾ ਸੀ ਪਿੱਛੇ ਵੀ ਉਹਦੇ ਕਾਫੀ ਸਾਰੇ ਲੋਕਾਂ ਦੇ ਫੋਨ ਆਏ ਮੈਂ ਦੱਸਣਾ ਚਾਹੁੰਦਾ ਦੁਬਾਰਾ ਕਿ ਜਿਹੜੇ ਲੋਕਾਂ ਨੂੰ ਮੈਟਾਬੋਲਿਕ ਸਿੰਡਰੋਮ ਹੈ ਇਹਨਾਂ 'ਚ ਮੋਟਾਪਾ ਬਲੱਡ ਸ਼ੂਗਰ ਬਲੱਡ ਪ੍ਰੈਸ਼ਰ ਔਰ ਕੋਲੈਸਟ੍ਰੋਲ ਚਾਰੇ ਚੀਜ਼ਾਂ ਇਕੱਠੀਆਂ ਆ ਜਾਂਦੀਆਂ ਬੋਡੀ 'ਚ ਠੀਕ ਹੈ ਬਹੁਤ ਸਾਰੇ ਲੋਕ ਨੇ ਚਾਰਾਂ ਦਾ ਇਲਾਜ ਕਰਦੇ ਰਹਿੰਦੇ ਨੇ ਇਹਨਾਂ ਲਈ ਇੱਕ ਹੋਮ ਰੈਮਡੀ ਹੈ ਹਲਦੀ 200 ਗ੍ਰਾਮ ਮੇਥੇ 200 ਗ੍ਰਾਮ ਜੀ ਕਾਲੀ ਮਿਰਚ 25 ਗ੍ਰਾਮ ਮਗਾਂ 25 ਗ੍ਰਾਮ ਔਰ ਸੁੰਡ ਜਿਹਨੂੰ ਡਰਾਈਡ ਜਿੰਜਰ ਅਸੀਂ ਕਹਿੰਦੇ ਹਾਂ 25 ਗ੍ਰਾਮ ਇਹ 475 ਗ੍ਰਾਮ ਚੀਜ਼ਾਂ ਲੈ ਕੇ ਇਹਦਾ ਪਾਊਡਰ ਬਣਾ ਲੈਣਾ ਔਰ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਉਹ ਲੋਕ ਜਿਹਨਾਂ ਨੂੰ ਮੋਟਾਪਾ ਬਲੱਡ ਪ੍ਰੈਸ਼ਰ ਕੋਲੈਸਟ੍ਰੋਲ ਔਰ ਸ਼ੂਗਰ ਚਾਰੋਂ ਵਧੇ ਹੋਏ ਨੇ ਉਹਨਾਂ ਲਈ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਇਹਦਾ ਇਸਤੇਮਾਲ ਉਹ ਕਰਨ ਲੇਕਿਨ ਆਪਣੀਆਂ ਦਵਾਈਆਂ ਲੈਂਦੇ ਰਹਿਣ ਔਰ ਥੋੜੇ ਦਿਨਾਂ 'ਚ ਉਹ ਨੋਟ ਕਰਨਗੇ ਕਿ ਉਹਨਾਂ ਦੇ ਨੰਬਰ ਜਿਹੜੇ ਨੇ ਠੀਕ ਆਉਣੇ ਸ਼ੁਰੂ ਹੋ ਗਏ ਨੇ ਜੀ ਠੀਕ ਹੈ ਜੀ ਲਓ ਜੀ 416
800 400 1500 ਇਹਨਾਂ ਕੋਲ ਬੜੀ ਕਹਿੰਦੇ ਨਾ ਭਰਮਾਰ ਹੈ ਰੈਮਡੀਜ਼ ਦੀ ਇਸ ਤਰ੍ਹਾਂ ਦੀਆਂ ਹੋਮ ਰੈਮਡੀਜ਼ ਦੀ ਨੁਸਖਿਆਂ ਦੀ ਤਾਂ ਤੁਸੀਂ ਫੋਨ ਕਰ ਲਓ ਕੋਈ ਵੀ ਹੋਰ ਤੁਹਾਨੂੰ ਕਿਸ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੈ 400 16 800 4 1 6 8 0 4 1 5 0 0 ਨੰਬਰ ਵੈਸੇ ਸੇਵ
ਵਿੱਚ।